ਅੰਮ੍ਰਿਤਸਰ ਦੇ ਸੈਦੀ ਪਿੰਡ ਗ੍ਰਿੰਡੀ ਵਿੱਚ ਉਦੋਂ ਸਨਸਨੀ ਫੈਲ ਗਈ ਜਦ ਅਮਰੀਕ ਸਿੰਘ ਦੇ ਉਹਨਾਂ ਦੇ ਪੜੋਸੀ ਮਹਿੰਦਰ ਸਿੰਘ ਨੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾਕਾਰ ਉਸਦੀ ਹੱਤਿਆ ਕਰ ਦਿੱਤੀ। ਉੱਥੇ ਹੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ ਅਤੇ 5 ਦੋਸ਼ੀਆਂ ਦੇ ਖਿਲਾਫ਼ ਹੱਤਿਆ ਕਰਨ ਦਾ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਕੱਲ੍ਹ ਪਿੰਡ ਘਰਿੰਡੀ ਦੇ ਵਿੱਚ ਕੋਈ ਮਰਡਰ ਹੋਇਆ ਸੀ, ਉਹਦਾ ਪੋਸਟਮਾਰਟਮ ਕਰਾਉਣ ਵਾਸਤੇ ਅਸੀਂ ਜਿਹੜਾ ਇੱਥੇ ਆਏ ਹਾਂ ਡੈੱਡ ਹਾਊਸ। ਇਹਦੇ ਬਾਰੇ ਤੁਹਾਨੂੰ SHO ਸਾਹਿਬ ਸਾਰਾ ਕਰਨਗੇ ਗਾਈਡ ਜੀ। ਧਾਰਾ ਧਾਰਾ 22 ਨੇ ਪਰਚਾ ਦਰਜ ਹੈ ਜੀ, ਧਾਰਾ 302, 323, 148 ਸੁਣੇ ਜੀ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ, ਚੈਨਲ